लपरीत आए पैगी पाई तू लपरीत लपरीत पैगा तू है की गल है मम्मी सिर वाला दुखी आंदा सी मैं ता करके बैठ जो मम्मी ता करके पैगी सीगी तू गोली ले लांदी पता नहीं की हो गया मम्मी रात दा सिरे नहीं हटदा दुखणो मैं ता लगदा बुखार चढ़िया पिया मैनू ओए हो जांदा कई बारी ते नाले ओ भांडा दा गरा लग्या पैगा ठीक है भांडे मांज दे मम्मी मैं थोड़े टाइम तक मांज दूंगी मैं घट आराम कर ला जे कोई आंढ गवांढ दी आ गई भाई ओ की कहूगी भी हले 15 दिन मैनू ब्याही नू होए ने है हुणी आ जाना ए कण पट्टी लेके पैगी देख बुरा लगदा हैगा आपा लोकां ने कि मुंह फाड़ी देने कोई गल निकाल है तुसी चिंता ना करो मैं 15-20 मिंट तक मांज दूंगी भांडे मेरा सिर बहुत ज्यादा दुखी जांदा घरे कोई गोली भी नहीं आकाश नू कैसी लब दो पता नहीं किधर वग गए भाई 15 दिन सारी गल है तेरे ब्याह दी एड्डी छेती तू कम छड्ड के पैण लग गई मैं सब जान दियां कम छड्ड के थोड़ी पईयां मम्मी तुसी हालात तां समझ लो अखां अगे काले घेरे आई जांदे ने बार बार मेरे काले घेरे आई जांदे ने मैनूं तां कदे काले घेरे नहीं आए पुत कहना कदे सिर नहीं दुखिया कदे ढूही नहीं सी दुखी मेरी तां देसां दा कम करदी सी मैं तां दैंदा इन्नियां तां खेत रोटी रुक जांदा सीगा रोटी पानी सारा तू भांडे मांज के फेर पै जी सीधी गल और दाई सरजीत कौर आने वाली है तेरी कहनी आप अज किसी दे ना माड़ा मोटा ब्याह शादी जिहड़ा काम हैगा उन्होंने जाके आना गा कोई गल नहीं मम्मी मांज दिनी है फिर मैं नाले ताई सुरजीत कड़े करा अपनी रसोई च बड़ूगी बाहरों मुड़ जूगी आके तीवियां तां सौ लैंदियां हुंदियां ने तैनूं नहीं पता मूंह सुंघदे फिरदियां रहिंदियां ने उह है भी इतने की पै इतने की कर दियां ने सस नूं आ की धरदियां ने मैं तां कहनी आं भी अपनी बाहर गल ना जावे कोई कोई गल नहीं मम्मी मैं थोड़े टाइम तक मांज दूंगी मांज दूंगी करा लो कमांदरा ब्याह की करी जाना तू कुछ नहीं मम्मी ਇਹਦਾ ਗੋਲੀਆਂ ਨੇ ਲਾਪਰ ਨੂੰ ਬਖਾ ਚੜਿਆ ਬੈਸਰ ਦੁਖੀ ਹੁੰਦਾ ਉਹਦਾ ਬੇਸਾ ਸਾਰੇ ਢੰਗ ਨੇਗੇ ਤੂੰ ਕਾਹਨੂੰ ਗੋਲੀ ਨਾ ਢਾਬਾ ਪਾਉਣਾ ਨਾ ਡਾਕਟਰ ਦੇ ਘਰ ਭਰਨੇ ਕਿੱਥੇ ਸੌਖੇ ਨੇਗੇ ਉਹ ਬੇਬੇ ਤੈਨੂੰ ਬੜਾ ਪਤਾ ਨਾ ਢੰਗਾਂ ਨੂੰ ਫਿਰ ਕਿਹੜੀ ਗੱਲ ਹੈ ਬਿਮਾਰ ਕਿਹੜਾ ਉਹ ਰੋਜ਼ ਹੁੰਦੀ ਹੈ ਅੱਜ ਹੋਊਗੀ ਤਾਂ ਦਵਾਈ ਦੇਣਾ ਉਹਨੂੰ ਜਾ ਕੇ ਇਹ ਤਾਂ ਸਾਰੇ ਆਨੇ ਬਹਾਨੇ ਨੇ ਕੰਮ ਤੋਂ ਟਲਣ ਦੇ ਠੀਕ ਹੈ ਵੀ ਆਪੇ ਮੇਰੀ ਸੱਸ ਭਾਂਡੇ ਮਾਜ ਲੂਗੀ ਠੀਕ ਹੈ ਉਹ ਤਾਂ ਬਹਾਨਾ ਕਰੀ ਪਈ ਹੈ ਜੇ ਤਾਂ ਕਹਿੰਦੇ ਮੈਨੂੰ ਤਾਪ ਚੜ ਗਿਆ ਫਿਰ ਤਾਂ ਆਪਾਂ ਬਾਹ ਫੜ ਕੇ ਦੇਖ ਲਾਂਦੇ ਸਿਰ ਨੂੰ ਕੀ ਪਤਾ ਲੱਗਦੇ ਦੁਖਦਾ ਕਿ ਨਹੀਂ ਦੁਖਦਾ ਉਹ ਦੁਖਦਾ ਹੀ ਆ ਔਰ ਉਹਨੂੰ ਸ਼ੌਕ ਨੂੰ ਥੋੜੀ ਸਿਰ ਬੰਨੀ ਬੈਠੀ ਆ ਮੇਰੀ ਗੱਲ ਸੁਣ ਬੇਬੇ ਜੇ ਤੂੰ ਐ ਕਹਿੰਦੀ ਢੰਗ ਕਰਦੀ ਐ ਤੂੰ ਵੀ ਐ ਢੰਗ ਕਰਦੀ ਹੁੰਦੀ ਸੀਗੀ ਬੇ ਮੇਰੀ ਕੀ ਰਿਸ ਕਰ ਲੂਗੀ ਮੈਂ ਤਾਂ ਬਥੇਰਾ ਕੰਮ ਕਰਿਆਗਾ ਮੇ ਤਾਂ ਸੱਸ ਨਾ ਮੈਨੂੰ ਐਡਾ ਟੋਕਰਾ ਭਾਂਡੇ ਦਾ ਸਮਾਨਦੀ ਹੁੰਦੀ ਸੀ ਕਹਿੰਦੀ ਮਾਂਜ ਇੰਨਾ ਕੜਕੜਾ ਕੇ ਮੈਨੂੰ ਤਾਪ ਚੜਿਆ ਪਿਆ ਇੱਕ ਵਾਰੀ ਕਹਿੰਦੀ ਰੋਟੀਆਂ ਪਕਾ 10 ਜਣੇ ਦੇ ਕੰਪੈਨ ਚੱਲਦੇ ਕਹਿੰਦੀ ਰੋਟੀ ਪਕਾ ਖੜੀ ਹੋ ਕੇ ਪਕਾਈਆਂ ਨੇ ਭਾਈ ਮੈਂ ਆਏ ਨਾ ਬੋਲ ਉੱਚੀ ਉੱਚੀ ਉਹਦਾ ਅੱਗੇ ਸਿਰ ਦੁਖੀ ਹੁੰਦਾ ਮੈਂ ਉਹਨੂੰ ਦਵਾਈ ਦੇ ਆਵਾਂ ਮਾਂ ਮਰ ਜਾਣਾ ਦੇਖ ਲੈ ਉਹਦਾ ਸਿਰ ਦੁਖਦਾ ਕਿਵੇਂ ਉਹਦੇ ਫੇਫੜਾਂ ਚ ਵੜਿਆਗਾ ਲਪ੍ਰੀਤ ਉਹ ਲਪ੍ਰੀਤ ਹਾਂਜੀ ਆ ਲੈ ਗੋਲੀ ਨਾਲੇ ਆ ਪਾਣੀ ਗੋਲੀ ਖਾ ਲੈ ਮੈਂ ਲੈ ਲੂੰਗੀ ਠਹਿਰ ਕੇ ਮੇਰਾ ਸਿਰ ਬਹੁਤ ਦੁਖੀ ਜਾਂਦਾ ਕੋਈ ਗੱਲ ਨਹੀਂ ਸਿਰ ਤਾਂ ਦੁਖੀ ਜਾਂਦਾ ਮੇਰੀ ਗੱਲ ਸੁਣ ਮੈਂ ਨਾ ਬਾਹਰ ਜਾਣਾ ਬ੍ਰੈਡ ਬ੍ਰੁੱਡ ਲਿਆ ਕੇ ਦਿੰਦਾ ਤੈਨੂੰ ਰੋਟੀ ਨਾ ਖਾਈ ਚੰਗਾ ਅੱਜ ਲਿਆ ਦੋ ਮੈਂ ਵੀ ਕਹਿਣ ਲੱਗੀ ਸੀ ਹਾਂ ਆ ਗੋਲੀ ਖਾ ਲੈ ਟਾਈਮ ਨਾਲ ਚੰਗਾ ਉੱਠ ਕੇ ਹਾਂਜੀ ਆ ਕੀ ਨਹੀਂ ਰਿਹਾ ਉਹ ਗੋਲੀਆਂ ਦਿੱਤੇ ਬਿਨਾਂ ਤੈਨੂੰ ਧਰ ਗਿਆ ਸਰਾਣੇ ਪੱਤਾ ਨਾਲੇ ਇਹ ਗੱਲ ਹੋਰ ਹੈ ਇਹਦਾ ਡੇਟ ਨੰਗੀ ਹੋਈ ਹੈ ਇਹ ਗੋਲੀ ਨਹੀਂ ਤਾਂ ਲੈਣੀ ਮੈਂ ਤੇਰੇ ਚੱਬੇ ਵਾਸਤੇ ਸੋਚਦੀ ਹਾਂ ਨਾਲੇ ਗੋਲੀਆਂ ਤਾਂ ਗਰਮੈਸ਼ ਕਰਦੀਆਂ ਨੇ ਜ਼ਿਆਦਾ ਇਹ ਤਾਂ ਡੇਟ ਨੰਗੀ ਦੇਖਣਾ ਕੀ ਹੈ ਮੈਨੂੰ ਪਤਾ ਹੈਗਾ ਨਾ ਮੰਮੀ ਗੋਲੀ ਲੈ ਲੈਣ ਦੋ ਜੇ ਗੋਲੀ ਲਊਂਗੀ ਮੈਂ ਫੇਰ ਹੀ ਠੀਕ ਹੋਊਂਗੀ ਫਿਰ ਮੈਂ ਕੰਮ ਕਿਵੇਂ ਕਰੂੰਗੀ ਜਦੋਂ ਇਹ ਗੋਲੀ ਤੈਨੂੰ ਖਰਾਬੀ ਕਰੂਗੀ ਮੈਂ ਤਾਂ ਤੇਰਾ ਫਾਇਦਾ ਕਰਦੀ ਹਾਂ ਬਾਲੀਆਂ ਗੋਲੀਆਂ ਲਾਣੇ ਆਪਾਂ ਠੀਕ ਹੁੰਦੇ ਹੁੰਦੇ ਮੰਮੀ ਜੀ ਮੈਂ ਗੋਲੀ ਨਾ ਲਈ ਤਾਂ ਮੈਨੂੰ ਵੱਧ ਬੁਖਾਰ ਚੜ ਜਾਊਗਾ ਕਿਧਰੇ ਨਹੀਂ ਬੁਖਾਰ ਚੜਦਾ ਜਦੋਂ ਉੱਠ ਕੇ ਆਪਾਂ ਕੰਮ ਲੱਗ ਜਾਂਦੇ ਨਾ ਕਿਧਰੇ ਵੀ ਬੁਖਾਰ ਬਖੂਰ ਕਿਧਰੇ ਹੀ ਭੱਜਾ ਨਾ ਹੁੰਦਾਗਾ ਕਹਿੰਦੇ ਹੁੰਦੇ ਨਾ ਬੁਖਾਰ ਕਹਿੰਦੇ ਜਵਾਨੀਆਂ ਨੂੰ ਬੁਖਾਰ ਚੜ ਜੇ ਤੇ ਵਿਚਾਰਾ ਮੌਤ ਨਾਲ ਗੱਦਿਆਂ ਤੇ ਪੈ ਜਾਂਦਾ ਹੈ ਬੁਖਾਰ ਜ਼ਿਆਦਾ ਚੰਬਲਦਾ ਜੇਕਰ ਜੱਟ ਨੂੰ ਬੁਖਾਰ ਚੜ ਜੇ ਉਹ ਗਲਾਂ 'ਚ ਲਿਟਦਾ ਹੈ ਬੁਖਾਰ ਸੂਮੰਤਰ ਹੋ ਜਾਂਦਾ ਉਹ ਗੱਲ ਹੈ ਤੂੰ ਉੱਠ ਕੇ ਜੇ ਭਾਂਡੇ ਮਾਂਜ ਲੈ ਨਾ ਬੁਖਾਰ ਬਖੂਰ ਤੇਰਾ ਸਿਰ ਸੁਰ ਮਿੰਟ 'ਚ ਟੱਲੀ ਵਰਗੀ ਹੋ ਜਾਏਗੀ ਤੂੰ ਆਹ ਗੋਲੀ ਤਾਂ ਡੇਟ ਲੰਘੀ ਹੈ ਮੈਂ ਨਹੀਂ ਭਾਈ ਲੈਣ ਦਿੰਦੀ ਇਹ ਗੋਲੀ ਨਾਲੇ ਮਾੜੀਆਂ ਨੇ ਵਾਲੇ ਗੋਲੀ ਲੈਤੀਆਂ ਤਾਂ ਡਾਕਟਰ ਨੇ ਜ਼ਰੂਰੀ ਆਪਾਂ ਘਰ ਭਰਨੇ ਨੇ ਸਪਾਸ਼ ਕੋਈ ਨਾ ਆਹ ਡਾਕਟਰ ਕਿਹਾ ਹੋਇਆ ਤੂੰ ਉਹ ਤੋਂ ਕੀ ਲੈਣਾ ਮੇਰੇ ਮਾਂ ਮੰਮੀ ਅੰਦਰ ਹੋਰ ਗੋਲੀ ਪਈਆਂ ਹੋਣੀਆਂ ਉਹ ਮੰਗਵਾ ਲੈਣੀ ਇਹ ਤਾਂ ਐਕਸਪਾਇਰ ਹੋ ਗਈਆਂ ਮੇਰੀ ਗੱਲ ਸੁਣ ਲੈ ਅਸੀਂ ਤਾਂ ਇਹਨਾਂ ਗੋਲੀ ਗੱਟਾ ਘੱਟ ਲੈਨੇ ਆ
ਘਰੋਂ ਗੋਲੀ ਨਹੀਂ ਮਿਲਦੀ। ਇੱਕ ਮਿੰਟ ਉਰੇ ਆਇਓ। बड़ा गोली देखण दा जब मैं तेनू कहता नहीं लैनी गोली नहीं लैनी है 2024 तक मम्मी एदी एक्सपायरी तां 2024 तक पई है लै देख लै बेबे मेनू तेनू तकलीफ की है दवाई लेके ठीक हो जूगी काम करा दूगी घर का कि पई देखना चाहनी है तू बे गोलियां लैन दा सबा माड़ा है कदे कासे दी फिर कदे कोई मेरे तजाब बद है फिर तजाब दी गोली लिया करे दे करी आ ले ला प्रीत तू खा गोली आई नहीं सिटे चढ़ाई ना हुंदा मम्मी आ गोली नाले हो रही नहीं ले फड़ा जाया कर पानी दी कुट पार ठीक है बस ए गोली वर गई है जा तू भांडे मांज ना लेंगे ठीक किवें होएंगी इहने तां बोली जाना सारा दिन आकाश मैं की करा पता नहीं मम्मी की सोच के हो जी है मैं तो थोड़े दिन की हूँ नोट कर लगी हाँ तीजा दिन होया सी मेरे विआह नूं जो मम्मी ने मैं काम ला लिया मैं फिर भी नहीं गुस्सा किया नाले मैं कड़ा मम्मी कद मना किया भी मैं काम नहीं करती मनिया मैं इस घर की नूँह हाँ मेरी जिम्मेवारी भी मनती है पर मम्मी भी तो माड़ा मोटा समझना चाहिए हूँ मेरा सिर इन्ना दुखी जाता काश मेरे तो बोलिया भी नहीं जाता हूँ मैं भांडे किवें मांजूंगी नहीं तू काम की टेंशन ना ले काम तो सारे मैं कर दूंगा भांडे भी मांज दूंगा तू मैनू आए दस यार तू गोली नू क्यों जवाब देता गोली तो खा लेंदी काश किहो जिहे गल्लां करदे हो हुण भांडे तुसी थोड़ी मांजोगे जो कोई बाहरों आके देख लूगा की कहूगा यार पता की है जे मेरी भैन हुंदी तां ओह वी इह काम करदी जो तू बीमार सी तां मेरा हक बणदा हुण काम करन दा मैं आपे करी जाऊंगा काश तुहाडा हक नहीं बणदा मम्मी दा हक बणदा काम करन दा उहनां नू देखणा चाहीदा नाले रही गल गोली दी जदों मम्मी राजी नहीं सी मेरे गोली लैण ते जे तां उहनां नू मेरी गल दा यकीन होवे मेरी बीमारी उन्होंने समझ आई हो फिर ही तो मैं गोली लैन देना यार कहते होंगे ना दुख तो उन्होंने पता लगता जिन्होंने दुख हो दूजे बंद तो उ लगता ढंग ही लगते होंगे तू खा लैन की गोली ठीक हो जाता काश वो मेरी सकी माँ थोड़ी है जिड़ी मैं कह दूगी पुत तू बीमार होगी चल कोई ना मैं काम कर लूंगी हूँ तो करने ही पैणगे मैं चल कोई गल नहीं काम मैं आपे कर लूंगा जो कि बोलन लगे देख लूंगा पानी पी नहीं नहीं तुम रखो मैं जाके भांडे मांज ला पहला यार मैं मांज दूंगा तेन मैं कहा ना तेन कोई कुछ नहीं कहना जिन्ना चर मैं काश समझा करो जो मम्मी ने देख लिया फिर देखी जान दे मैं आपे निबड़ लूंगा तू पानी पीना पी नहीं मैं भी नाल ले जूंगा चल मैं भांडे जे मांज दा जांगा तू पै जा इत्थे सिर सुर बनना तो लिया के देवा कोई कपड़ा भी आ जी ये तो सिर कपड़ा पै सी भांडा दा सारे भांडे मांज के तां करके ते हां बेबे मैं मांज के बस आही कम बाकी रहना सीगा देखना क्या माड़ी मोटी संग मान की हाल होगी टीवी दा नौकर बन गया तू ता ना मां मुड़ी तक चमचा नहीं चाके मांजा ते हूं तू सारा सिर कपड़ा पै दी भांडा दा मांज के तां करते ओ बेबे फिर बीमार आ जे हुण मांज ता फिर किड्डी गल होगी बीमार नाले होर मैं जान दे ओदे ढंगा नू निचला बैठा रह ओ क्यों तंग करदी हुण तू तू ओदा प्यार है मैं तेनू कुछ कहयागा कानू कुछ कह जे कोई इत्थे कमांड ना आ गई तेरे भांडे मांजते ते तने नहीं संग मनी कोई मुंडा आ जांदा तेनू की कहना आके अगला ओ आके देख लूगी वो बीमार पई है ऐसा है नहीं अभी वो तुरी फिर दिया ते मैं भांडे मांजी जाना मांजी जाना होर मांज दे गोहा भी सट्टे कर मैं संग चक मैं तेनू पहला भी कहया सी हुण भी कहना रौला घट पाला सिर दुखी जांदा मैंने उन्हें सद के उस तो भांडे बनाऊंगा ठा दी जाके ठा दी ना ठाऊंगी खड़ जा मैनू आना ही पऊगा ना पता तू पै गई सुरखी पाउडर ला के तेन शर्म नहीं आती तो भांडे मंजवाते सारे मम्मी मैं नहीं मंजवाए आकाश कहते मैं आप ही मांज लूंगा भांडे सारे तेरी वजह मांजदा वो भांडे है मेरे मूहरे तक कद भांडे गिलास नहीं पीता उठ के भांडे तू तो भांडे मंजवाने कल तू रोटियां पकवावेगी बेबे की गल होगी ਤੈਨੂੰ ਮੈਂ ਉੱਥੇ ਵੀ ਇਹੀ ਗੱਲ ਕਹੀ ਆ ਇੱਥੇ ਵੀ ਫਿਰ ਤੂੰ ਹੀ ਆ ਕੇ ਰੌਲਾ ਪਾਉਣ ਲੱਗ ਗਈ ਇੱਕ ਗੱਲ ਨੂੰ ਕਿੰਨੇ ਘਰੀ ਕਵਾਂ ਤੈਨੂੰ ਹੁਣ ਕਾਸ਼ ਮੈਂ ਕਿਹਾ ਸੀ ਤੁਸੀਂ ਨਾ ਭਾਂਡੇ ਮਾਂਜੋ ਤੁਹਾਨੂੰ ਕੀ ਲੋੜ ਸੀ ਭਾਂਡੇ ਮਾਂਜਣ ਦੀ ਓ ਯਾਰ ਸਮਝਦੀ ਨਹੀਂ ਬਈ ਮੈਂ ਲਾਇਆ ਤਾਂ ਹੈ ਤੇਥੋਂ ਡਰਦਾ ਤੈਨੂੰ ਲੋੜ ਕੀ ਸੀ ਨਾਲੇ ਬੱਤੀਆਂ ਲਾਉਣੀ ਆ ਡਰਦਾ ਨਹੀਂਗਾ ਹੋਰ ਕੀ ਆ ਕਹਤੇ ਜੇ ਬਿਮਾਰ ਆ ਭਾਂਡੇ ਮਾਂਜਦੇ ਫਿਰ ਕੀ ਹੋ ਗਿਆ ਡਰਦਾ ਮੈਨੂੰ ਸਾਰੀ ਕਰਤੂਤ ਦਾ ਪਤਾ ਤੇਰੀ ਦਾ ਜਦ ਡਰਦਾ ਮੈਂ ਤਾਂ ਡਰ ਕੇ ਕੰਮ ਕਰਦਾ ਬਸ ਸ਼ਰਮ ਤਾਂ ਨਹੀਂ ਆਉਂਦੀ ਤੈਨੂੰ ਹੋਰ ਸੁਣਨਾ ਕੁਝ ਸੁਣਨਾ ਨਾਲੇ ਹੋਰ ਮਾੜੇ ਮੋਟੇ ਸੰਗ ਮੰਨ ਤੀਨੀ ਮੁਰੇ ਕਦੇ ਭਾਂਡੇ ਨਹੀਂ ਮਾਂਜਦੇ ਹੁੰਦੇ ਤੂੰ ਬੈਠਾ ਹੁਕਮ ਚਲਾ ਮੈਨੂੰ ਪਾਣੀ ਲਿਆ ਮੈਨੂੰ ਰੋਟੀ ਲਿਆ ਤੇਰੇ ਵਰਗਾ ਤੇਰੇ ਵਰਗਾ ਨਹੀਂ ਹੈਗਾ ਮੈਂ ਤੇਰੇ ਵਰਗਾ ਦੁਖੀ ਨਹੀਂ ਕਰਦੀ ਤੂੰ ਤਾਂ ਮੇਰਾ ਸਿਰ ਬਹੁਤ ਕਾਨੂੰਨ ਨਹੀਂ ਸਮਝਦੀ ਨਾ ਮੇਰਾ ਕਦੇ ਕੁਛ ਦੁਖੀ ਨਹੀਂ ਸੀ ਐਨਾ ਨਾ ਦੇਸਾਂ ਦਾ ਕੰਮ ਕਰਦੀ ਸੀ
जे माड़ा मोटा तेरा सिर दुखन लगता की कहना हूं थी मां मैं चाह लिया दे करके मां मैं रोटी फड़ा जा हौली बोल लो हौली बोलना ना देख लो भी लोग की कहेंगे लोग की कहेंगे मैं कोई लोग कलू कदम डरती सीधी गल है लोग तो फिर ऐसी कहेंगे भी कल भी आई है पंद्रह दिन हाल ब्याह नूं हाल पट्टी लेके भी पेगी मां जे लोगों ऐ बोल बोल दसेंगी फिर ही पता लगूगा एवं तो नहीं कोई घरे आके देखता तू तो ऐसे आपका बगानी वांगू सलूक कर दिया आपदी तू समझदी नहीं कदे भी बस संग मान टीवी का गुलाम बन गया तू तो है चल खड़ी हो रोटी पका तेरे बापू वास्ते गर्म ओ बेबे मेरी गल सुन गर्म नु की है जिहड़ियां तड़के बनाईयां सी ओह किधर गईयां असीं कदे ठंडी रोटी खाधी है ओह कम तो आऊगा नाले अक्का थक्या ठंडी रोटी मैं नहीं खान दिंदी भाई अज तक ताजी रोटी लवांगा ताजी रोटी जिदे दी इह विआह के आई है उदे दी ताजी रोटी बन लगी है अगे तो तड़के थप के रख दिंदी सी सारा दिन ओही खाई जांदे रहंदे कोई गल नहीं ना इहदा फिर मैं बना दिंनी आ रोज ही बनाउनी आ मैं दुपहरे रोटी लापरी तू चुप कर जा ना इह काहदे वास्ते विआह के लैंदी है वी सुरखी पाउडर ला के तू तड़की पै जा कर हाँ? तू मेरी गल सुन ला तू तू तीवियां दे कम्मां विच ना आड़ चुप कर जा तू बेबे तू तां एक दिन नहीं चली गई ओह जे दो दिन बीमार पै गई फिर तू की करेंगी सारा मैनूं तां पिंड नूं पता ला देंगी इहनां दी कुड़ी बीमार है अच्छा तां असीं भुख ही पै जाईए तेरा मतलब हां तो मम्मी मैं रोटी बना दिंदी चल पका जा के चार रोटियां आ जा बना मैं फड़ा देना डैडी नूं की यार बड़ा स्यापा पाया गल मां दी तां ओही पुरानी सोच है कदों इह अगे वधणगे कदों पुरानियां गल्लां छड्डणगे नूह सासा दी लड़ाई यही चलदी रहूगी किवें खत्म कीता जावे इहनूं ओह लिआओ भाई रोटी हुण लिआओ भाई रोटी लापरीत रोटी लिया रोटी गर्म है भाई इह हां जी डैडी ताजियां बनाईयां ने तरीका नहीं है बोलने का ना मैनू ऐ दस कोई मेरी भैन उत्थे सहुरे ऐ बोले तू जर लेगा देख हुण जे लून मिर्च नहीं पाउणा आउंदा दाल सब्जी बनाउणी नहीं आउंदी ओह तां कहूगा ओहनू कोई कहूगा नहीं अगला किसी तरीके नाल कह सकदे सी वी पुत नून घट है च नून लिया पा के ना हुण इह एड्डी वड्डी ऐ नहीं होगी देख तड़ें दा खा के ओह किसी बंदे दा दुख दा सुख दा वी देख लैंदा हुंदा तड़के दी बीमार पई आ ओह पुछिया कदे ओहनू वी मैं दवाई दवा के लियावां जां कुछ होर ओहदा फिर वी बेचारी रोटियां बनाई जांदियां खवाई जांदियां सानू दुखदा की दुखदा चंगी भली तां है आहो चंगी भली है लो डैडी खा के देख लो खा के देख लो सारा दिन पानी भरन ते रहना ओ बापू एवें ना बोली जा पहला बेबे नहीं हटी उन्हूं तंग करनो हुण तू ला गया मगरी मैं की तंग करदा कम नूं तां कहांगे तैनूं लगदा तू कर दिया कर मैं तां फिर करदा ही हां हाँ लापरीत पानी का गिलास लिया दे बापू नूं ब्याह तरां ऐ कीता सी वी माड़ा मोटा सानूं सुख दा साह आजूगा सुख दा साह फिर आया ही है एक दो दिन बंदा बीमार हो जाए बंदे तो वो तो चल लिया करे बंदा मेरी गल सुन अगे बा बेबे तैनूं तत्तियां पका के दिंदी हुंदी सी तड़के रख दिंदी सी बना के वह खाई जांदे सी हथां तक हुण तत्तियां मिलदियां ऐ भी नहीं खादियां जांदियां हुण तां कह के बनवाईआं इह दिन तां किदां दे डीकदे आ डीकदे नाल डीकदे तेरा ब्याह ऐ कीता सी ਆਪਦੀ ਮੂੰਹ ਤੋਂ ਫੜ ਫੜ ਕੇ ਤੱਤੀਆਂ ਤੱਤੀਆਂ ਰੋਟੀਆਂ ਖਾਵਾਂਗੇ ਮੌਜ ਨਾਲ ਬਹਿ ਜਾਂਗੇ ਹੁਣ ਮੈਂ ਜਦੋਂ ਦੇਖਦਾ ਤੇਰੀ ਮਾਂ ਕੰਮ ਕਰਦੀ ਫਿਰਦੀ ਹੁੰਦੀ ਹੈ ਇਹ ਮੌਜ ਨਾਲ ਪਈ ਰਹਿੰਦੀ ਹੈ 15 ਦਿਨ ਹੋ ਗਏ ਪਿਆ ਇਹਨੂੰ ਹਜੇ ਤੱਕ ਕੰਮ ਨੂੰ ਹੱਥ ਨਹੀਂ ਪਾਇਆ 15 ਦਿਨ ਤਾਂ ਕੋਈ ਅਗਲਾ ਨਾ ਕੰਮ ਤੇ ਨਹੀਂ ਲਿਆਉਂਦਾ ਇਹਦਾ ਸ਼ੁਕਰ ਕਰੋ ਅਗਲੇ ਤੀਜੇ ਦਿਨ ਆ ਕੇ ਕੰਮ ਤੇ ਲੱਗ ਗਈ ਕਿਉਂ 15 ਦਿਨਾਂ ਤੋਂ ਬਾਅਦ ਫਿਰ 20 ਦਿਨ ਆਉਣਗੇ ਇਹਦੇ ਕੰਮ ਕਰਨ ਨੂੰ ਕੰਮ ਤਾਂ ਰੋਜ਼ ਹੀ ਕਰਨੇ ਚਾਹੀਦੇ ਨੇ ਉਹ ਜਿੰਨਾ ਚਿਰ ਚੂੜਾ ਨਹੀਂ ਲੈਂਦਾ ਨਾ ਉਹਨਾਂ ਚਿਰ ਕੋਈ ਨਹੀਂ ਕੰਮ ਤੇ ਲਾਉਂਦਾ ਹੁੰਦਾ ਚੁੱਪ ਕਰ ਜਾ ਤੂੰ ਲੱਗ ਗਿਆ ਪਾਣੀ ਢੋਣ ਇਹਦਾ ਖਾਲਾ ਬਾਪੂ ਰੋਟੀ ਆ ਰੋਟੀ ਖਾਵਾਂਗੇ ਇਹ ਕਲੇਸਾਂ ਨਾਲ ਰੋਟੀਆਂ ਖਾਵਾਉਂਗੇ ਤੁਸੀਂ ਸਾਨੂੰ ਸੋਚਦੇ ਵੀ ਕੋਈ ਚੱਜ ਦੀ ਨੂੰਹ ਧੀ ਆਊਗੀ ਚੱਜ ਦੀ ਨੂੰ ਕੀ ਮਾੜੀ ਆ ਉਹ ਕੀ ਨਹੀਂ ਕਰਦੀ ਆ ਹੁਣ ਕਲੇਸ ਪਾ ਲਿਆ ਉਹ ਤਾਂ ਕੁਛ ਬੋਲੀ ਵੀ ਨਹੀਂ ਮੈਨੂੰ ਨਹੀਂ ਚੰਗਾ ਲੱਗਿਆ ਤੇਰਾ ਬੋਲਣ ਦਾ ਤਰੀਕਾ ਤਾਂ ਬੋਲਿਆਂਗਾ ਉਹ ਮੇਰੇ ਬੋਲਣ ਦਾ ਤਰੀਕਾ ਹੁਣ ਹੀ ਬਦਲ ਗਿਆ ਪਹਿਲਾਂ ਮੈਂ ਚੰਗਾ ਭਲਾ ਬੋਲਦਾ ਸੀ ਹੁਣ ਮੈਂ ਗਲਤ ਬੋਲਣ ਲੱਗ ਗਿਆ ਉਹ ਬਾਪੂ ਫਿਰ ਬੋਲ ਸਕਦਾ ਸੀ ਤੇ ਨੂਰਾਂ ਨੇ ਰੋਟੀ ਰੋਟੀ ਲਿਆ ਦੇ ਆ ਦਾਤ ਤੋਂ ਮੈਂ ਹਿਸਾਬ ਲਾ ਲਿਆ
ਵੀ ਜਿਹੜਾ ਹੁਣ ਪਾਣੀ ਤਾਣੀ ਕਰਕੇ ਧਰਤਾ ਵੀ ਅਸੀਂ ਇਹਨਾਂ ਦਾ ਮੱਥਾ ਦੰਮ ਦਿਆ ਕਰੂੰਗੀ। ਓ ਚੱਲ ਚੰਗਾ ਬਾਪੂ, ਆ ਤੂੰ ਖਾ ਲਾ ਰੋਟੀ ਜੇ ਖਾਧੀ ਆਂਦੀ ਤਾਂ ਹਲਿਆ ਪਾਣੀ ਜਾ ਵੀ ਚੈੱਕ ਕਰ ਲਈ ਠੰਡਾ ਕੇ ਤੱਤਾ ਗਾ। ਨਾ ਤੇਰਾ ਮਤਲਬ ਐ ਮੈਂ ਅੱਧ ਵਿਚਾਲੇ ਛੱਡ ਦਿੰਦਾ ਰੋਟੀ ਜੇ ਤੈਨੂੰ ਲੱਗਦਾ ਅੱਧੀ ਛੱਡ ਦਿਆਂ ਹੁਣ। ਮਾਰਦਾ ਗੱਲਾਂ ਦੇਖਿਆ ਕਿੰਨੀ ਸਿਫਤ ਕਰਦਾ ਉਹਦੀ, ਦਾਲ ਉਹਨੂੰ ਨਹੀਂ ਧਰਨੀ ਉਹਦੀ, ਲੂਣ ਉਹਨੂੰ ਨਹੀਂ ਪਾਉਣਾ ਆਉਂਦਾ, ਹਜੇ ਉਹਦੀਆਂ ਸਿਫਤਾਂ ਕਰਦਾ। ਮੈਨੂੰ ਨਹੀਂ ਚੰਗੀ ਲੱਗਦੀ ਇਹ। ਹੁਣ ਐ ਵੀ ਨਹੀਂ ਸੋਰੀ ਵੀ ਮੈਂ ਭਾਂਡੇ ਤਾਂ ਲੈ ਜਾ ਚੱਕ ਕੇ। ਇੱਥੋਂ ਕੀ ਭਾਲਦਾ ਨਾ, ਇਹ ਕੀ ਗੱਲ ਆ, ਉਹ ਕਿੱਧਰ ਬਾਕੀ ਮਹਾਰਾਣੀ ਭਾਂਡੇ ਤਾਂ ਚੱਕਣੇ ਰੋਟੀ ਵਾਲੇ? ਲੈ ਹੁਣ ਨਹੀਂ ਧਰਨੇ ਨੇ, ਮਹਾਰਾਣੀ ਦਾ ਤਾਂ ਹੁਣ ਪਤਾ ਹੀ ਲੱਗ ਹੀ ਜਾਂਦਾ। ਪਹਿਲਾਂ ਦੇਖ ਲੈਂਦੀ ਆ ਰੋਟੀ ਫੜਾਉਂਦੀ ਕਿਵੇਂ ਕਜਿਆ ਕਲੇਸ਼ ਕਰਦੀ ਸੀਗੀ। ਕੀ ਕਹਿੰਦੀ ਸੀ ਉਹ, ਉਹਦੀ ਇੰਨੀ ਹਿੰਮਤ ਬੋਲਣ ਦੀ? ਹਾਂ ਉਹਨੂੰ ਐਂ ਤਾਂ ਦੇਖ ਰਿਹਾ ਵੀ ਉਹਦੀ ਮਾਂ ਨੇ ਉਹਨੂੰ ਕੋਈ ਗੱਲ ਹੀ ਨਹੀਂ ਸਿਖਾਈ। ਹੈਂ, ਕਦੇ ਤੇਰੇ ਮੂਹਰੇ ਬੋਲੂ ਕਦੇ ਮੇਰੇ ਮੂਹਰੇ ਬੋਲੂ, ਕੰਮਾਂ ਪਿੱਛੇ ਤਾਂ ਉਹ ਟਲ ਟਲ ਪੈਂਦੀ ਹੈ। ਤੇ ਹੁਣ ਤੂੰ ਐਂ ਦੱਸ ਵੀ ਪਹਿਲਾਂ ਸਬਜ਼ੀ ਕਿਹਨੇ ਬਣਾਈ ਸੀ? ਸਬਜ਼ੀ ਤਾਂ ਮੈਂ ਬਣਾਈ ਸੀ। ਹੈਂ, ਸਬਜ਼ੀ ਤੈਂ ਬਣਾਈ ਸੀ? ਹਾਂ, ਉਹ ਤਾਂ ਕਹਿੰਦੀ ਕਹਿੰਦੀ ਮੈਂ ਬਣਾਈ ਸੀ ਸਬਜ਼ੀ। ਨਾ ਸਬਜ਼ੀ ਮੈਂ ਬਣਾਈ ਸੀ, ਕੀ ਕਰਾਂ, ਕੀ ਗੱਲ ਹੈ, ਸਬਜ਼ੀ ਵਿੱਚ ਕੀ ਨੁਕਸ ਸੀ? ਸਬਜ਼ੀ 'ਚ ਮੈਨੂੰ ਤਾਂ ਲੂਣ ਮਿਰਚਾਂ ਜਾਂ ਘੱਟ ਲੱਗੀਆਂ, ਮੈਂ ਤਾਂ ਖਾਸਾ ਮਾਨ ਤਾਨ ਕਰਤਾ ਉਹਦਾ। ਚੱਲ ਐ ਤਾਂ ਚੰਗੇ ਰਹੇ, ਚੱਲ ਅੱਗੇ ਪਿੱਛੇ ਤੁਹਾਨੂੰ ਵੀ ਮੱਤ ਆਜੂਗੀ, ਠੀਕ ਹੈ ਨਾ? ਨਹੀਂ ਚਾਂਬੜੀ ਐਂ ਕਰਦੀ ਉਹ ਲੂਣ ਮਿਰਚ ਤਾਂ ਮੇਰੇ ਤੋਂ ਘੱਟ ਪੈ ਗਿਆ ਸੀ, ਉਹਨੇ ਤਾਂ ਮੇਰਾ ਦਿਮਾਗ ਖਰਾਬ ਕਰ ਰੱਖਿਆ। ਬੇਬੇ ਮੇਰੀ ਗੱਲ ਸੁਣ, ਦਿਮਾਗ ਸੈੱਟ ਹੋ ਜਾਊਗਾ ਨਾਲੇ ਨਾ ਹੋ ਜਾਊਗਾ, ਉਹਨੇ ਤਾਂ ਤੇਰੀ ਗੱਲ ਦੀ ਛਪਾਉਣ ਪਿੱਛੇ ਆਪ ਗਾਲਾਂ ਖਾਰੀਆਂ ਬਾਪੂ ਤੋਂ, ਤੂੰ ਉਹਨੂੰ ਐਂ ਕਰੀ ਜਾਣੀ ਆ। ਉਹ ਤੂੰ ਤਾਂ ਉਹਦੇ ਪੱਖ ਕਰੇਗਾ, ਸਾਨੂੰ ਪਤਾ ਲੱਗ ਗਿਆ ਹੁਣ, ਤੂੰ ਤਾਂ ਉਹਦੇ ਪੱਖ ਤੇ ਭੁਰਤੇਗਾ। ਉਹਨੇ ਕੁਛ ਮਾੜਾ ਕਰਤਾ, ਤੂੰ ਐਂ ਦੱਸ, ਦਾਲ ਬੇਬੇ ਨੇ ਖਰਾਬ ਬਣਾਈ, ਗੱਲਾਂ ਤੇ ਥੋ ਸੁਣ ਕੇ ਜਾੜੀ, ਉੱਤੋਂ ਸੋ ਸੋ ਕੁਛ ਤੂੰ ਮੈਨੂੰ ਬੋਲਿਆ। ਉਹ ਮਿੱਠੇ ਪੋਤੇ ਮਾਰਦੀ ਐ, ਮੈਂ ਸਭ ਜਾਣਦੇ ਉਹਦੇ ਚਲਾਕੀਆਂ ਨੂੰ, ਉਹਦੇ ਦਿਲ ਚ ਗੱਲਾਂ ਨੇ ਮੇਰੇ ਨਾਂ ਚ ਪਈਆਂ ਨੇ, ਮੇਰੇ ਮੂੰਹ ਚਲਾਕੀ ਨੂੰ ਮੈਂ ਵੀ ਜਾਣਨ ਦਿੰਦੀ ਨਹੀਂ। ਜੇ ਤੁਹਾਨੂੰ ਇੰਨੀ ਮਾੜੀ ਲੱਗਦੀ ਐ ਤਾਂ ਉਦੋਂ ਤੁਸੀਂ, ਤੁਹਾਡੀਆਂ ਅੱਖਾਂ ਫੁੱਟੀਆਂ ਸੀ ਉਦੋਂ ਤੁਸੀਂ ਜਦੋਂ ਰਸਤਾ ਦੇਖਿਆ, ਉਦੋਂ ਹੀ ਤੁਹਾਨੂੰ ਪਤਾ ਲੱਗਿਆ। ਸਾਨੂੰ ਕੋਈ ਪਤਾ ਸੀ ਵੀ ਇਹ 15 ਮਿੰਟ ਤੇ ਮੰਜੇ ਤੇ ਪੈ ਜਾਊਗੀ, ਉਹਦਾ ਮਾਂ ਨਾਲ ਸਿਰ ਫੜ ਕੇ ਪੈ ਜਾਂਦੀ ਐ। ਤੁਹਾਨੂੰ ਪਤਾ ਉਹਦੀ ਮਾਂ ਕਿਹੜੇ ਮੋਹ ਕਰਦੀ ਸੀ, ਗੱਲਾਂ ਗੱਲਾਂ ਵਿੱਚ ਸਾਨੂੰ ਆਉਣ ਨਹੀਂ ਦਿੱਤਾ। ਮੇਰੀ ਧੀ ਇੰਨੀ ਰਕਾਨ ਐ, ਇੰਨਾ ਕੰਮ ਕਰਦੀ ਆ, ਇੰਨੀ ਪੜ੍ਹੀ ਲਿਖੀ ਆ, ਉਹਨਾਂ ਤੇ ਸਾਨੂੰ ਉਹਨੇ ਮਾਮਾ ਧੀਆਂ ਨੇ ਨਾ, ਉਹ ਇੱਕ ਦੋ ਵੱਡੀ ਭੈਣ ਸੀ, ਸਾਨੂੰ ਤਾਂ ਗੱਲਾਂ 'ਚ ਹੀ ਨਹੀਂ ਆਉਣ ਦਿੱਤਾ। ਬੇਬੇ ਮੇਰੀ ਗੱਲ ਸੁਣ ਲੈ, ਉਹ ਤਾਂ ਜਿਵੇਂ ਕੰਮ ਕਰਦੀ ਐ, ਜਿਵੇਂ ਕਰਾਉਣਾ ਚਾਹੁੰਦੇ ਤਾਂ ਕਰਾਇਆ ਕਰੋ, ਨਹੀਂ ਉਹ ਤਾਂ ਕਰਦੀ ਨਹੀਂ। ਲੈ ਦੇਖ ਲੈ, ਕਿਉਂ ਇਹ ਤਾਂ ਸਾਨੂੰ ਉਮੀਦ ਸੀ ਤੇਰੇ ਤੋਂ, ਇਹੀ ਉਮੀਦ ਸੀ ਪੁੱਤ ਤੇਰੇ ਤੋਂ, ਇਹਦੀ ਵਿੱਚੇ ਆਇਆ ਕਿ ਤੈਨੂੰ ਨਹੀਂ ਪਤਾ ਜਾਣ ਕੇ ਕੰਮ ਨਹੀਂ ਕਰਨ ਦਿੰਦਾ ਇਹ, ਇਹੀ ਨਹੀਂ ਕਰਨ ਦਿੰਦਾ ਉਹਨੂੰ, ਕੀ ਹੋਇਆ? ਹਾਂ ਸਿਰ ਚੜਾ ਲੂ, ਇਹ ਤਾਂ ਤੇਰਾ ਲਹੂ ਪੀਣ ਨੂੰ ਹੈ, ਆਪਾਂ ਤਾਂ ਆਪਾਂ ਥੱਪ ਲ ਕੇ ਖਾ ਲਾਂਗੇ, ਪਰ ਇਹਨੂੰ ਦੁੱਖ ਪਹੁੰਚਣਾ ਆਊਗਾ। ਪਰ ਮੈਂ ਤਾਂ ਸੋਚਦਾ ਸੀਗਾ ਵੀ ਚੰਗਾ ਹੋ ਜਾਊਗਾ ਕੁਛ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਚਾਲ ਹੈ, ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ। ਜਿਹੜੀ ਵੀਡੀਓ ਤੁਸੀਂ ਹੁਣੇ ਹੁਣੇ ਵੇਖ ਕੇ ਉੱਠੇ ਹੋ, ਆਈ ਹੋਪ ਕਿ ਤੁਹਾਨੂੰ ਵਧੀਆ ਲੱਗੀ ਹੋਏਗੀ। ਜੇ ਇਹ ਵਾਲਾ ਪਾਰਟ ਵਧੀਆ ਲੱਗਿਆ ਤਾਂ ਵਧੀਆ ਵਧੀਆ ਕਮੈਂਟ ਕਰਕੇ ਜ਼ਰੂਰ ਦੱਸਿਓ ਕਮੈਂਟ ਬਾਕਸ ਦੇ ਵਿੱਚ, ਵਧੀਆ ਵਧੀਆ ਵੱਡੇ ਵੱਡੇ ਕਮੈਂਟ ਕਰਿਆ ਕਰੋ ਅਤੇ ਵੱਧ ਤੋਂ ਵੱਧ ਕਮੈਂਟ ਕਰਿਆ ਕਰੋ, ਤਾਂ ਕਿ ਆਪਾਂ ਵੀ ਐਪਰੀਸ਼ੀਏਟ ਹੁੰਦੇ ਹਾਂ ਕਿ ਵਧੀਆ ਤੋਂ ਵਧੀਆ ਵੀਡੀਓਜ਼ ਲੈ ਕੇ ਆਈਏ। ਜੇ ਇਹ ਵਾਲੇ ਪਾਰਟ ਨੂੰ ਵਧੀਆ ਰਿਸਪੋਂਸ ਦੇਵੋਗੇ ਤਾਂ ਆਪਾਂ ਇਹਦਾ ਨੈਕਸਟ ਪਾਰਟ ਵੀ ਲੈ ਕੇ ਆਵਾਂਗੇ। ਥੈਂਕ ਯੂ।